ਕੋਲੇ ਹੁੰਦੀ ਤਾਂ ਇੱਕ ਅੱਧਾ ਥੱਪੜ ਲਾਈ ਦਿੰਦੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਮੈਂ ਵੀ ਬਹੁਤ ਵਧੀਆ ਹਾਂ, ਅੱਜ ਦਾ ਖਾਸ ਕਰਕੇ ਬਹੁਤ ਵਧੀਆ। ਸਾਡੇ ਘਰ ਨਿੱਕੀ ਜਿਹੀ ਨੰਨੀ ਪਰੀ ਆਈ ਆ ਅਤੇ ਉਹਦਾ ਨਾਮ ਹਜੇ ਡਿਸਾਈਡ ਨਹੀਂ ਕੀਤਾ। ਵੈਸੇ ਮੈਂ ਉਹਨੂੰ ਕਿਊਟੋ ਕਿਊਟੋ ਕਹਿ ਰਹੀ ਕਿਉਂਕਿ ਉਹ ਕਿਊਟ ਹੈ, ਉਹਦੀ ਮਾਸੀ ਵਾਂਗੂ। ਅਤੇ ਮੈਂ ਮਤਲਬ ਮੈਂ ਮਾਸੀ ਬਣ ਗਈ, ਕਰਮਨ ਮਾਸੀ ਬਣ ਗਈ, ਨਾਨਾ ਨਾਨਾ ਉਹ ਬਹੁਤ ਕਿਊਟ ਆ, ਬਹੁਤ ਕਿਊਟ ਹੈ। ਤੁਸੀਂ ਉਹਨੂੰ ਸਕਰੀਨ 'ਤੇ ਦੇਖ ਸਕਦੇ ਹੋ। ਇਹ ਹੈ ਮੇਰੀ ਭਾਂਜੀ ਕਿਊਟੋ ਅਤੇ ਇਹ ਫਿਰ ਆਪਦੀ ਮਾਸੀ ਵਾਂਗੂ ਨਾ ਤਾਂ ਕਿਊਟ ਹੈ। ਸਾਡੀ ਫੈਮਲੀ 'ਚ ਮਤਲਬ ਕਿ ਖਹਿਰਾ ਪਰਿਵਾਰ 'ਚ ਜਾਂ ਸਾਡੇ ਜਿਹੜੇ ਰਿਲੇਟਿਵਸ ਹੈ, ਰਿਸ਼ਤੇਦਾਰ ਹੈ, ਉਹਨਾਂ ਦੀ ਹੁਣ ਤਾਂ ਘੱਟ ਹੀ ਗਿਆ ਹੈ ਨਾ ਕੁੜੀ ਮੁੰਡੇ ਦਾ ਜਿਹੜਾ ਫਰਕ ਹੈ। ਅਸੀਂ ਵੀ ਦੋ ਸਿਸਟਰ ਦਾ, ਸਾਡੀ ਫੈਮਲੀ 'ਚ ਵੀ ਕਿੰਨੀਆਂ ਹੀ ਕੁੜੀਆਂ ਹੈਗੀਆਂ ਜਿਨ੍ਹਾਂ 'ਤੇ ਦੋ ਦੋ ਕੁੜੀਆਂ ਹੀ ਹੈਗੀਆਂ। ਅਤੇ ਸਾਡੀ ਫੈਮਲੀ 'ਚ ਐਂ ਕੋਈ ਕੁੜੀ ਮੁੰਡੇ ਦਾ ਨਹੀਂ ਕਰਦੇ। ਕਈ ਹੈਗੇ ਆ ਸਾਡੀ ਫੈਮਲੀ 'ਚ ਨਹੀਂ, ਕਈ ਪਿੰਡ 'ਚ ਹੈਗੇ ਆ, ਹੋਰ ਵੀ ਪਿੰਡਾਂ 'ਚ ਹੋਣਗੇ, ਉਹ ਕਰਦੇ ਆ। ਯਾਰ ਮੈਨੂੰ ਨਾ ਇੰਨੀ ਖੁਸ਼ੀ ਹੋਈ ਜਾਂਦੀ ਆ, ਮੈਂ ਉਹਨੂੰ ਦੇਖੂੰਗੀ, ਮੈਂ ਉਹਦੀ ਗੱਲਾਂ ਵੱਟੂੰਗੀ, ਉਹ ਕਿੰਨੀ ਕਿਊਟ ਹੈ। ਪਹਿਲਾਂ ਤਾਂ ਅਸੀਂ ਉਹਦੀਆਂ ਫੋਟੋਆਂ ਨਹੀਂ ਦੇਖੀਆਂ ਸੀ, ਆਈਜ਼ ਓਪਨਿੰਗ ਹੋਈ ਸੀ ਜਦੋਂ, ਉਹਦੀਆਂ ਫੋਟੋਆਂ ਹੁਣੇ ਆਈਆਂ ਸਾਡੇ ਕੋਲ ਪਿਕਸ, ਅਤੇ ਤੁਸੀਂ ਸਕਰੀਨ 'ਤੇ ਦੇਖ ਲਓ ਜਦੋਂ ਉਹਨੇ ਆਈਜ਼ ਓਪਨ ਕੀਤੀ ਕਿੱਡੀ ਕਿਊਟ ਲੱਗੀ। ਜੇ ਮੈਂ ਉਹਦੇ ਕੋਲ ਹੁੰਦੀ ਤਾਂ ਉਹ ਇੱਕ ਅੱਧਾ ਥੱਪੜ ਲਾਈ ਦਿੰਦੀ, ਚੁੰਡੀ ਵੱਢ ਦਿੰਦੀ ਉਹਦੇ। ਮੈਨੂੰ ਜਵਾਕਾਂ ਨਾਲ ਮਧੋਲਣਾ ਉਹਨਾਂ ਨੂੰ ਬੜਾ ਚੰਗਾ ਲੱਗਦਾ, ਪਰ ਉਹਦੇ ਹੇਅਰ ਬੈਂਡ ਵਗੈਰਾ ਲੱਗਣਾ ਨਹੀਂ। ਬਾਕੀ ਦੇਖਾਂਗੇ ਉਸ ਵਾਸਤੇ ਕੀ ਕੁਛ ਲੈ ਕੇ ਜਾਈਏ। ਮੈਂ ਪਰਸੋਂ ਮਿਲਣ ਜਾਊਂਗੀ, ਕੱਲ੍ਹ ਮੇਰਾ ਪੇਪਰ ਹੈ, ਐਸ ਕਰ ਕੱਲ੍ਹ ਮੇਰੇ ਦੋ ਪੇਪਰ, ਇੱਕ ਵੀ ਨਹੀਂ ਦੋ, ਕੈਮਿਸਟਰੀ ਅਤੇ ਮੈਥ ਦਾ, ਐਸ ਕਰਕੇ ਨਹੀਂ ਤਾਂ ਕੱਲ੍ਹ ਹੀ ਜਾਣਾ ਸੀਗਾ। ਫਿਰ ਮਤਲਬ ਕਿ ਥੋੜ੍ਹਾ ਜਿਹਾ ਟਾਈਮ ਲੱਗ ਜੂਗਾ ਅਤੇ ਵਲੋਗ ਵੀ ਥੋੜ੍ਹਾ ਜਿਹਾ ਲੇਟ ਹੋ ਜੂਗਾ, ਕੀ ਪਤਾ ਉੱਥੋਂ ਐਡੀਟਿੰਗ ਉਡੂਟਿੰਗ 'ਚ ਟਾਈਮ ਲੱਗ ਜਾਂਦਾ, ਉੱਥੋਂ ਵੀ ਲੇਟ ਆਵਾਂਗੇ, ਐਡੀਟਿੰਗ ਵੀ ਲੇਟ ਹੋਊਗੀ, ਚੌਥੇ ਤੱਕ ਜਾਵੜੂਗਾ ਵਲੋਗ। ਪਰ ਮੈਂ ਕੋਸ਼ਿਸ਼ ਕਰੂੰਗੀ ਪਰਸੋਂ ਤੱਕ ਪਾਉਣ ਦੀ। ਸਾਡੇ ਸਾਰੇ ਨਾਲ ਬਹੁਤ ਕਿਊਟ ਹੈ, ਮੇਰੇ ਤਾਂ ਮੂੰਹ ਦੇਖ ਕੇ ਨਾ ਵਾ, ਮੈਨੂੰ ਜਦੋਂ ਉਹਦੀ ਪਿੱਕ ਦੇਖ ਲੈਣਾ ਮੈਂ ਕਰਮਨ ਦੇ ਇੱਕ ਚਪੇੜਾ ਛੱਡ ਦਿੰਦੀ ਹਾਂ। ਅਤੇ ਮੈਂ ਡਿਸਾਈਡ ਕੀਤਾ ਕਿ ਮਤਲਬ ਕਿ ਜਦੋਂ ਸਾਡੇ ਮੈਰਿਜ ਮੁਰਿਜ ਹੋਇਆ ਕਰੂਗੀ ਨਾ, ਅਤੇ ਮੈਂ ਕਰਮਨ ਅਤੇ ਮਤਲਬ ਕਿਊਟੋ ਅਸੀਂ ਇੱਕੋ ਜਿਹੀ ਡਰੈਸ ਪਾਇਆ ਕਰਾਂਗੇ। ਦੀਦੀ ਨੂੰ ਨਹੀਂ ਪਾਉਣ ਦਿਆ ਕਰਦੇ ਕਿਉਂਕਿ ਦੀਦੀ ਤਾਂ ਫਿਰ ਵੀ ਕਦੇ ਪਾ ਲੈਣਗੇ, ਪਰ ਅਸੀਂ ਵੀ ਫਿਰ ਕਦੇ ਪਾ ਲਾਂਗੇ, ਪਰ ਪਾਵਾਂਗੇ ਅਸੀਂ ਜ਼ਿਆਦਾ। ਦੀਦੀ ਦੀ ਦੀਦੀ ਪੁਲਿਸ ਵਾਲੇ ਆਏ ਆ, ਡਰ ਵੀ ਲੱਗਦਾ ਐਵੇਂ ਕਿਤੇ ਡੰਡਾ ਡੰਡਾ ਮਾਰ ਦੇਣ। ਜਦੋਂ ਦੀਦੀ ਆਹ ਵਲੋਗ ਦੇਖਣਗੇ ਨਾ, ਦੀਦੀ ਬਹੁਤ ਚਿੜਨਗੇ। ਨਹੀਂ ਜੀ, ਮੈਂ ਤਾਂ ਵੈਸੇ ਹੀ ਕਹਿ ਰਹੀ ਸੀ, ਮਜ਼ਾਕ ਕੀਤਾ ਸੀ। ਵੈਸੇ ਦੀਦੀ ਅਤੇ ਵੀਰ ਜੀ ਦਾ ਨੇਚਰ ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ ਵਧੀਆ। ਵੀਰ ਜੀ ਦਾ ਨੇਚਰ ਤਾਂ ਪੂਰਾ ਐਂਡ ਕਲਾਸ ਵਧੀਆ, ਅਤੇ ਦੀਦੀ ਵੀ ਠੀਕ ਆ, ਠੀਕ ਆ, ਵਧੀਆ, ਬਹੁਤ ਵਧੀਆ। ਪਰ ਪੁਲਿਸ ਵਾਲਿਆਂ ਦਾ ਨਾ ਜਿਹੜਾ ਸੁਭਾਅ ਉਹ ਥੋੜ੍ਹਾ ਜਿਹਾ ਗਰਮ ਹੁੰਦਾ, ਅਤੇ ਜਿਹੜੇ ਮਤਲਬ ਕਿ ਆਮ ਬੰਦੇ ਜਿਵੇਂ ਵੀਰ ਜੀ ਹੈ ਨਾ, ਬਹੁਤ ਵਧੀਆ ਨੇਚਰ ਆ। ਜਿਹੜੀ ਆ ਕਿਊਟ ਹੋਊਗੀ ਨਾ, ਮੈਂ ਇਹਨੂੰ ਆਪਦੀਆਂ ਪਿਕਚਰ 'ਚ ਦਿਖਾਇਆ ਕਰੂੰਗੀ ਅਤੇ ਨਾ ਇਹਨੂੰ ਮੈਂ ਆਪਦੇ ਵਰਗਾ ਬਣਾਉਂਗੀ, ਹੈ ਵੀ ਮਤਲਬ ਹਜੇ ਤਾਂ ਬਹੁਤ ਜ਼ਿਆਦਾ ਲੜਾਈ ਹੋ ਗਿਆ ਸੀ ਵੀ ਇਹ ਮੇਰੇ ਵਰਗੀ, ਇਹ ਮੇਰੇ ਵਰਗੀ ਆ। ਮੈਨੂੰ ਪਤਾ ਇਹਨਾਂ ਦਾ ਵੀਰ ਜੀ ਅਤੇ ਦੀਦੀ ਨੇ ਕਹਿੰਦੇ ਵੀ ਇਹ ਸਾਡੇ ਦੋਵਾਂ 'ਚੋਂ ਇਹ ਵਰਗੀ ਹੈ, ਸਾਡੀ ਸਾਰਿਆਂ ਦੀ ਲੜਾਈ ਹੋ ਗਈ ਵੀ ਇਹ ਮੇਰੇ ਵਰਗੀ, ਮੇਰੇ ਵਰਗੀ। ਮੇਰੇ ਤਾਂ ਕਰਮਨ ਦੀ ਪਹਿਲਾਂ ਹੋ ਚੁੱਕੀ ਹੈ, ਉਹ ਸੀਨ ਅਸੀਂ ਨਹੀਂ ਲਿਆਂਦਾ ਹੈ ਨਾ, ਅਤੇ ਹਾਏ ਬਾਕੀ ਦੇਖਾਂਗੇ ਉਹਨੂੰ ਕਿਵੇਂ ਲੱਗਦੀ ਹੈ, ਛੋਟੀ ਜਿਹੀ ਹੋਊਗੀ ਅੱਡੀ। ਬਾਕੀ ਕੰਟੀਨਿਊ ਰੱਖਿਓ, ਮੈਂ ਮਤਲਬ ਕਿ ਜਿਵੇਂ ਜਿਵੇਂ ਅੱਗੇ ਅਸੀਂ ਉਸ ਕੋਲ ਜਾਵਾਂਗੇ ਹੈ ਨਾ, ਮੈਨੂੰ ਇੰਨਾ ਹੋਇਆ ਪਿਆ ਮੈਂ ਉਹਦੇ ਮਤਲਬ ਉਹਦੇ ਜਦੋਂ ਵੱਡੀ ਹੋਊਗੀ ਉਹ ਆਇਆ ਕਰੂਗੀ। ਉਹਦਾ ਨਾਮ ਕੀ ਰੱਖਾਂਗੇ ਅਸੀਂ, ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਅਸੀਂ ਉਹਦਾ ਨਾਮ ਕੀ ਰੱਖੀਏ। ਵੈਸੇ ਤਾਂ ਉਹ ਜਿਹੜੇ ਅਲਫਾਬੈਟਸ ਡਿਸਾਈਡ ਕਰਦੇ ਹੁੰਦੇ ਉਹ ਕੋਈ ਡਿਸਾਈਡ ਨਹੀਂ ਕੀਤਾ ਕਿਹੜਾ ਅਲਫਾਬੈਟ ਹੈ, ਪਰ ਆਪਦੀ ਸੁਜੈਸ਼ਨ ਜ਼ਰੂਰ ਦਿਓ ਕਿ ਅਸੀਂ ਉਹਦਾ ਕੀ ਨਾਮ ਰੱਖੀਏ। ਮੇਰੇ ਤਾਂ ਦੋ ਹੀ ਫੇਵਰੇਟ ਨੇਮ ਹੈ, ਇੱਕ ਇਬਾਦਤ ਅਤੇ ਇੱਕ ਕੁਦਰਤ। ਹਾਂ, ਆਹ ਦੋ ਹੀ ਫੇਵਰੇਟ ਨੇਮਸ ਆ, ਕੁਦਰਤ ਵੀ, ਕੁਦਰਤ ਜ਼ਿਆਦਾ ਸੋਹਣਾ ਲੱਗਦਾ ਮੈਨੂੰ, ਪਰ ਇਬਾਦਤ ਵੀ ਬਹੁਤ ਸੋਹਣਾ ਨਾਮ ਹੈ, ਨਮਨ ਵੀ ਬਹੁਤ ਸੋਹਣਾ ਨਾਮ ਹੈ, ਮੈਜਿਕ ਨੇਮ ਹੈ ਪਤਾ ਸਾਨੂੰ, ਪੁੱਠਾ ਕਰ ਲਓ ਸਿੱਧਾ ਕਰ ਲਓ, ਨਮਨ ਦਾ ਨਮਨ। ਯੈਹ, ਆਈ ਐਮ ਮੈਜੀਕਲ ਪਰਸਨ। ਥੈਂਕ ਯੂ ਫੋਰ ਵਾਚਿੰਗ ਜੋਤ ਖਹਿਰਾ ਚੈਨਲ, ਟੜਾ, ਬਾਏ ਬਾਏ।